ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਆਰਜੇ ਰਾਜਵੀਰ ਕਾਲੇਕੇ। ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗਾ ਸੁਹੰਜਣੇ ਦੇ ਦਰਖਤ ਬਾਰੇ। ਨਿੰਮ ਦੇ ਫਾਇਦਿਆਂ ਬਾਰੇ ਤਾਂ ਅਸੀਂ ਸਭ ਜਾਣਦੇ ਹੀ ਹਾਂ, ਪਰ ਸੁਹੰਜਣੇ ਬਾਰੇ ਸ਼ਾਇਦ ਅਸੀਂ ਨਹੀਂ ਜਾਣਦੇ। ਅੱਜ ਮੈਂ ਤੁਹਾਡੇ ਨਾਲ ਸੁਹੰਜਣੇ ਬਾਰੇ ਹੀ ਇਕੱਠੀ ਕੀਤੀ ਕੁਝ ਜਾਣਕਾਰੀ ਸਾਂਝੀ ਕਰਕੇ ਦੱਸ ਰਿਹਾ ਹਾਂ। ਸੁਹੰਜਣੇ ਨੂੰ ਅਸੀਂ ਆਮ ਰੁੱਖ ਨਹੀਂ ਸਗੋਂ ਚਮਤਕਾਰੀ ਰੁੱਖ ਵੀ ਕਹਿ ਸਕਦੇ ਹਾਂ। ਇਸ ਰੁੱਖ ਵਿੱਚ ਸਭ ਤੋਂ ਜ਼ਿਆਦਾ ਗੁਣ ਹਨ। ਇਹ ਖੁਰਾਕੀ ਤੱਤਾਂ ਦਾ ਇੱਕ ਬਹੁਤ ਵੱਡਾ ਭੰਡਾਰ ਹੈ। ਇਸ ਦਰਖਤ ਨੂੰ ਅੰਗਰੇਜ਼ੀ ਨਾਮ ਦੇ ਵਿੱਚ ਡਰਮ ਸਟਿਕ ਕਿਹਾ ਜਾਂਦਾ ਹੈ ਤੇ ਵਿਗਿਆਨਿਕ ਨਾਮ ਵਿੱਚ ਮੋਰਿੰਗਾ ਓਲੇਫੇਰਾ ਵੀ ਆਖਿਆ ਜਾਂਦਾ ਹੈ। ਇਸ ਦੇ ਪੱਤਿਆਂ ਵਿੱਚ ਵਧੇਰੇ ਕੈਲਸ਼ੀਅਮ ਹੁੰਦੀ ਹੈ, ਇੰਨੀ ਜ਼ਿਆਦਾ ਕਿ ਦੁੱਧ ਦੇ ਨਾਲੋਂ ਵੀ 4 ਗੁਣਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਗਾਜਰ ਨਾਲੋਂ ਵੀ 4 ਗੁਣਾ ਵਧੇਰੇ ਵਿਟਾਮਿਨ ਏ ਹੁੰਦਾ ਹੈ। ਇਸ ਵਿੱਚ ਬਦਾਮ ਨਾਲੋਂ ਵੀ 3 ਗੁਣਾ ਜ਼ਿਆਦਾ ਵਿਟਾਮਿਨ ਈ ਹੁੰਦਾ ਹੈ। ਇਸ ਵਿੱਚ ਜਿਵੇਂ ਆਪਾਂ ਸੰਤਰੇ ਖਾਂਦੇ ਹਾਂ ਉਸ ਨਾਲੋਂ ਵੀ 7 ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਪੱਤਿਆਂ ਦੇ ਚੂਰਨ ਦਾ ਸੇਵਨ ਕਰਨ ਦੇ ਨਾਲ ਕੈਂਸਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਵੀ ਠੀਕ ਹੁੰਦਾ ਹੈ। ਇਹ ਪੇਟ ਦੀਆਂ ਵੀ ਅਨੇਕਾਂ ਬਿਮਾਰੀਆਂ ਲਈ ਲਾਭਦਾਇਕ ਹੈ। ਇਹ ਸਰੀਰਕ ਤਾਕਤ ਵੀ ਵਧਾਉਂਦਾ ਹੈ ਅਤੇ 1 ਤੋਂ 3 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਵੀ ਇੱਕ ਵਰਦਾਨ ਹੈ। ਇਸ ਦੇ ਸੱਕ ਦੇ ਬਣਾਏ ਕਾੜੇ ਦੇ ਨਾਲ ਕੁਰਲੀ ਕਰਨ ਦੇ ਨਾਲ ਦੰਦਾਂ ਦਾ ਦਰਦ ਅਤੇ ਦੰਦਾਂ ਦਾ ਕੀੜਾ ਵੀ ਖਤਮ ਹੋ ਜਾਂਦਾ ਹੈ। ਇਹ ਗੈਂਠੀਏ ਅਤੇ ਜੋੜਾਂ ਦੇ ਦਰਦ ਦੇ ਵਿੱਚ ਵੀ ਬਹੁਤ ਲਾਭਕਾਰੀ ਹੈ। ਇਸ ਵਿੱਚ ਹੋਰ ਵੀ ਬਹੁਤ ਸਾਰੇ ਤੱਤ ਮੌਜੂਦ ਹਨ ਤੇ ਇਸ ਨੂੰ ਪਿਛਲੇ ਸਾਲ ਹੀ ਜੰਗਲਾਤ ਮਹਿਕਮੇ ਨੇ ਜ਼ਿਆਦਾ ਉਗਾਉਣਾ ਸ਼ੁਰੂ ਕੀਤਾ ਹੈ। ਹੁਣ ਤਾਂ ਮਹਿਕਮੇ ਵੱਲੋਂ ਵੀ ਘਰ ਘਰ ਇਸ ਬੂਟੇ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਨੂੰ ਖਾਣ ਦੇ ਕੁਝ ਤਰੀਕੇ ਵੀ ਹਨ। ਇਸ ਦੇ ਪੱਤਿਆਂ ਨੂੰ ਤੋੜ ਕੇ ਛਾਂ ਹੇਠ ਰੱਖ ਕੇ ਸੁਕਾ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਿਆ ਜਾਵੇ। ਇਸ ਨੂੰ ਆਪਣੀ ਉਮਰ ਦੇ ਮੁਤਾਬਿਕ 1 ਚਮਚ ਜਾਂ 2 ਚਮਚ ਵੀ ਲਿਆ ਜਾ ਸਕਦਾ ਹੈ। ਇਹ ਰੁੱਖ 300 ਤੋਂ ਜ਼ਿਆਦਾ ਰੋਗਾਂ ਦੇ ਵਿੱਚ ਲਾਭਦਾਇਕ ਹੈ। ਆਮ ਤੌਰ ਤੇ ਅਸੀਂ ਸਾਰੇ ਪੰਜਾਬੀ ਮੋਟੇ ਹੋ ਰਹੇ ਹਾਂ। ਮੋਟਾਪਾ ਜ਼ਿਆਦਾ ਕੈਲਸ਼ੀਅਮ ਦੀ ਘਾਟ ਕਾਰਨ ਹੁੰਦਾ ਹੈ। ਜਦੋਂ ਇਸ ਦੀ ਵਰਤੋਂ ਅਸੀਂ ਰੋਜ਼ ਕਰਾਂਗੇ ਤਾਂ ਮੋਟਾਪੇ ਨੂੰ ਵੀ ਘਟਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਇਸ ਵਿੱਚ ਵਿਟਾਮਿਨ ਏ ਹੈ ਜੋ ਅੱਖਾਂ ਦੀਆਂ ਬਿਮਾਰੀਆਂ ਲਈ ਕਾਰਗਰ ਹੈ। ਇਸ ਨੂੰ ਫਲੀਆਂ ਵੀ ਲੱਗਦੀਆਂ ਹਨ ਜੋ ਬਹੁਤ ਗੁਣਕਾਰੀ ਹਨ। ਇਸ ਦੀਆਂ ਫਲੀਆਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ ਜੋ ਆਪਣੇ ਸਰੀਰ ਲਈ ਬਹੁਤ ਲਾਹੇਵੰਦ ਹੈ। ਇਸ ਦੀਆਂ ਫਲੀਆਂ ਦਾ ਅਚਾਰ ਵੀ ਪਾਇਆ ਜਾ ਸਕਦਾ ਹੈ। ਜਵਾਹਰ ਲਾਲ ਨਹਿਰੂ ਕੈਂਸਰ ਹਸਪਤਾਲ ਤੇ ਕੈਸ਼ਰ ਵਿਭਾਗ ਦੀ ਤਾਜ਼ਾ ਖੋਜ ਮੁਤਾਬਕ ਸੁਹੰਜਣੇ ਦੇ ਪੱਤਿਆਂ ਦੇ ਸੇਵਨ ਦੇ ਨਾਲ ਰੇਡੀਏਸ਼ਨ ਦੇ ਖਤਰਨਾਕ ਅਸਰ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਰੁੱਖ 5000 ਸਾਲ ਪਹਿਲਾਂ ਉੱਤਰੀ ਭਾਰਤ ਦੇ ਪਹਾੜਾਂ ਵਿੱਚ ਪਾਇਆ ਜਾਂਦਾ ਸੀ। ਆਯੁਰਵੈਦ ਵਿੱਚ ਇਸ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੋ ਰਹੀ ਹੈ। ਸੋ ਦੋਸਤੋ, ਸਾਨੂੰ ਆਪਣੇ ਘਰਾਂ ਦੇ ਵਿੱਚ ਸੁਹੰਜਣੇ ਦਾ ਦਰਖਤ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਨਿਜ਼ਾਤ ਪਾ ਸਕੀਏ। ਧੰਨਵਾਦ ਦੋਸਤੋ, ਆਪਣੇ ਦੋਸਤਾਂ ਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਨਾ।